ਪਠਾਨਕੋਟ ਦੇ ਪਿੰਡ ਨੰਗਲ ਕੋਠਿਆਂ ਦੀਆਂ ਗਲੀਆਂ ਵਿੱਚ ਖੜਾ ਗੰਦਾ ਪਾਣੀ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਬਿਆਨ ਕਰ ਰਿਹਾ ਹੈ ਪਿੰਡ ਦੀ ਅਜਿਹੀ ਕੋਈ ਗਲੀ ਨਹੀਂ ਹੈ ਜਿੱਥੇ ਨਾਲੀਆਂ ਦਾ ਪਾਣੀ ਨਜ਼ਰ ਨਾ ਆਂਦਾ ਹੋਵੇ ਕੁਝ ਥਾਵਾਂ ਤੇ ਇਹ ਗੰਦਾ ਪਾਣੀ ਲੋਕਾਂ ਦੇ ਘਰਾਂ ਤੇ ਖੇਤਾਂ ਦੇ ਵਿੱਚ ਵੀ ਵੜ ਰਿਹਾ ਹੈ ਗੰਦੇ ਪਾਣੀ ਕਰਕੇ ਲੋਕ ਬਿਮਾਰ ਹੋ ਰਹੇ ਨੇ ਤੇ ਖੇਤਾਂ ਵਿੱਚਲੀ ਫਸਲ ਬਰਬਾਦ ਹੋ ਰਹੀ ਹੈ ਤੇ ਪਿਛਲੇ 1 ਸਾਲ ਤੋਂ ਪਾਣੀ ਆ ਜਾਂਦਾ ਪਿੰਡ ਦੇ ਨਿਕਾਸੀ ਨਹੀਂ ਆ ਸਾਰਾ ਪਾਣੀ ਸਾਡੀ ਪੈਲੀ ਜਾਂਦਾ ਪਿਆ ਮੇਰੀ ਮੇਰੀ ਫਸੜਾ ਬਰਵਾਦ ਹੁੰਦੀ ਪਈ ਆ ਜਿਸ ਕਾਰਨ ਪਿੰਡ ਦੀ ਪੰਚਾਇਤ ਕੋਈ ਹੱਲ ਨਹੀਂ ਕਰਦੀ ਪਈ ਇਹਦਾ ਇਹਨਾਂ ਨੂੰ ਪੈਸੇ ਵੀ ਆਉਂਦੇ ਕੋਲੋਂ ਤੇ ਤਾਂ ਵੀ ਨਹੀਂ ਹੱਲ ਕਰਦੇ ਵੀ ਇਹਨਾਂ ਨੂੰ ਫੰਡ ਵੀ ਆਉਂਦਾ ਹਰ 6 ਮਹੀਨੇ ਬਾਅਦ ਉਹਨਾਂ ਪਿੰਡ ਦੀ ਸਫਾਈ ਲਈ ਪੈਸੇ ਆਉਂਦੇ ਆ ਇਹ ਤਾਂ ਵੀ ਨਹੀਂ ਸਫਾਈ ਕਰਦੇ ਕਰਾਂਦੇ ਗੰਦ ਪੈਦਾ ਪਿੰਡ 'ਚ ਗੰਦੇ ਪਾਣੀ ਦੀ ਨਿਕਾਸੀ ਪਿਛਲੇ ਕਈ ਸਾਲਾਂ ਤੋਂ ਨਹੀਂ ਹੋ ਰਹੀ ਇਹੀ ਕਾਰਨ ਹੈ ਕਿ ਕਈ ਲੋਕਾਂ ਦੇ ਘਰਾਂ ਵਿੱਚੋਂ ਪਾਣੀ ਦੀ ਸਲਾਬ ਨਹੀਂ ਜਾਂਦੀ ਤੇ ਕਈਆਂ ਦੇ ਘਰਾਂ ਵਿੱਚੋਂ ਬਿਮਾਰੀ ਪੰਚਾਇਤ ਕੋਲ ਫੰਡ ਤਾਂ ਨੇ ਪਰ ਇਸ ਮਸੱਈਆ ਦਾ ਹੱਲ ਕੋਈ ਨਹੀਂ ਕਰਦਾ ਸਾਡੇ ਦੇ ਅੰਦਰ ਤੱਕ ਪਾਣੀ ਚਲ ਜਾਂਦਾ ਜਦੋਂ ਟੂਟੀ ਸਾਡੰਦੇ ਹਰ ਤਾਂ ਬਾਰ ਬਾਰ ਉਹਨੂੰ ਟੂਟੀ ਵਾਲੇ ਨੂੰ ਕਹਿਣ ਜਾਂਦੇ ਨਾ ਕਿ ਟੂਟੀ ਬੰਦ ਕਰੋ ਠੀਕ ਹੈ ਉਹ ਤੇ ਪਾਣੀ ਆਹੀ ਸਾਰਾ ਪਿੰਡ ਲੈ ਕੇ ਦਵਾਂਗੇ ਤਾਂ ਸਾਡੀ ਟੂਟੀ ਤਾਂ ਹੀ ਬੰਦ ਹੋਏਗੀ ਹੈਨਾ ਤੇ ਇੰਨਾ ਪਾਣੀ ਆ ਸਾਡੇ ਜਦੋਂ ਪਾਣੀ ਆਂਦਾ ਨਾ ਸਾਣ ਇੰਨੀ ਕਿ ਮੁਸ਼ਕਲ ਹੋ ਜਾਂਦੀਆਂ ਨਾ ਖਾਦੋ ਦਾ ਬਦ ਪਿੰਡ ਦੇ ਲੋਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀ ਸਮੱਸਿਆ ਦਾ ਕੋਈ ਹੱਲ ਨਾ ਹੋਇਆ ਤਾਂ ਉਹਨਾਂ ਵੱਲੋਂ ਸੰਘਰਸ਼ ਦਾ ਰਾਹ ਬਣਾਇਆ ਜਾਵੇਗਾ ਜਿਸ ਦੇ ਨਤੀਜੇ ਸਰਪੰਚ ਨੂੰ ਭੁਗਤਣੇ ਪੈਣਗੇ ਪਠਾਨਕੋਟ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਲਿਵਿੰਗ ਇੰਡੀਆ ਨਿਊਜ਼